ਮਲਿਕ ਸਾਹਿਬ, ਪੰਜਾਬ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਟ੍ਰੇਨ ਹਾਦਸੇ ਚ, ਪੁਲਿਸ ਨੇ ਪੁਸ਼ਟੀ ਕਰਤੀ, ਗਲਤੀ ਕਿਹਦੀ ਹੈ? ਜੀ ਐਸਾ ਹੈ ਜੀ ਕਿ ਇਹ ਬਹੁਤ ਵੱਡਾ ਜਿਹਨੂੰ ਕਹਿ ਸਕਦੇ ਆ ਅਤਿਆਚਾਰ ਕੀਤਾ ਹੈ ਕਾਂਗਰਸ ਦੇ ਲੋਕਾਂ ਦੇ, ਤੇ ਜਿਨ੍ਹਾਂ ਨੇ ਇੱਥੇ ਬਿਨਾਂ ਹੈਲੋ ਜੀ 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 ਬਿਨਾਂ ਕਿਸੇ ਇਜਾਜ਼ਤ ਦੇ ਹੀ ਇੱਥੇ ਇਹ ਸਾਰਾ ਚੱਲ ਰਿਹਾ ਸੀਗਾ ਜੀ, ਉਹਨੇ ਰੇਲਵੇ ਟਰੈਕ ਦੇ ਨਜ਼ਦੀਕ ਹੋਣਾ ਹੀ ਨਹੀਂ ਸੀ ਚਾਹੀਦਾ ਜੋ ਹੋ ਰਿਹਾ ਸੀ ਜੀ। ਇਹ ਬਹੁਤ ਵੱਡੀ ਅਣਗਹਿਲੀ ਹੈ ਜੀ। ਗਲਤੀ ਕਿਹਦੀ, ਪ੍ਰਸ਼ਾਸਨ ਦੀ ਗਲਤੀ ਹੈ, ਰੇਲਵੇ ਡਿਪਾਰਟਮੈਂਟ ਦੀ ਗਲਤੀ ਹੈ, ਤੁਸੀਂ ਕਿਹਦੀ ਗਲਤੀ ਸਮਝਦੇ ਹੋ? ਨਹੀਂ, ਮੈਂ ਤੇ ਗਲਤੀ ਦੇ ਜਾਂਚ ਤੋਂ ਬਾਅਦ ਹੀ ਪਤਾ ਲੱਗੇਗੀ, ਪਰ ਇਹ ਪਤਾ ਲੱਗਣਾ ਚਾਹੀਦਾ ਕਿ ਇਹ ਜਿਹੜੇ ਇੱਥੇ ਹੋ ਰਿਹਾ ਸੀ ਆਯੋਜਨ, ਇਹਨਾਂ ਨੇ ਕਿਸੇ ਆਯੋਜਕਾਂ ਨੇ ਕਿਸੇ ਕੋਲੋਂ ਇਜਾਜ਼ਤ ਦਿੱਤੀ ਸੀ ਇਸ ਕਾਰਜਕ੍ਰਮ ਦੀ? ਬਾਕੀ ਦੇ ਜਾਂਚ ਦਾ ਵਿਸ਼ੇ ਹੈ ਨੈਚੁਰਲੀ। ਉਸ ਵੇਲੇ ਨਵਜੋਤ ਕੌਰ ਸਿੱਧੂ ਉੱਥੇ ਚੀਫ ਗੈਸਟ ਸੀਗੇ, ਉਹਨਾਂ ਦੇ ਖਿਲਾਫ਼ ਨਾਰੇਬਾਜ਼ੀ ਵੀ ਹੋ ਗਈ, ਰਾਜਨੀਤੀ ਵੀ ਹੋਣੀ ਸ਼ੁਰੂ ਹੋ ਗਈ ਇਸ ਹਾਦਸੇ ਤੇ? ਨਹੀਂ, ਰਾਜਨੀਤੀ ਨੀ ਹੈ ਜੀ, ਬੇਸਿਕਲੀ ਤੇ ਜਿਹੜੇ ਆਯੋਜਕ ਸੀ ਜਿਨ੍ਹਾਂ ਦੁਆਰਾ ਆਯੋਜਕ ਕੀਤਾ ਗਿਆ ਸੀਗਾ, ਉਹਨਾਂ ਤੇ ਸਟ੍ਰਿਕਟ ਕਾਰਵਾਈ ਹੋਣੀ ਚਾਹੀਦੀ ਹੈ ਕਿ ਇਹ ਜੋ ਉਹਨਾਂ ਨੇ ਗਲਤ ਜਗ੍ਹਾ ਤੇ ਆਯੋਜਿਤ ਕੀਤਾ ਰੇਲਵੇ ਟਰੈਕ ਦੇ ਨਾਲ, ਸੋ ਉਹਦੇ ਬਾਅਦ ਇਹ ਵੱਡੀ ਤਰਾਸਦੀ ਹੋਈ ਹੈ। ਮੈਂ ਸਮਝਦਾ ਵਾਂ ਕਿ ਇਹ ਚੈੱਕ ਕਰਨਾ ਚਾਹੀਦਾ ਕਿ ਕਾਨੂੰਨ ਮੁਤਾਬਕ ਜੋ ਇਜਾਜ਼ਤ ਲੈਣੀ ਚਾਹੀਦੀ ਸੀ ਉਹ ਲਿੱਤੀ ਸੀ ਕਿ ਨਹੀਂ ਦਿੱਤੀ ਉਹਨਾਂ ਨੇ। ਤੁਸੀਂ ਉੱਥੇ ਦੌਰਾ ਕਰਕੇ ਆਏ ਹੋ? ਮੈਂ ਰਸਤੇ ਜਾ ਕੇ ਮੈਂ ਜਾ ਰਿਹਾ ਜੀ। ਤੁਹਾਨੂੰ ਹੁਣ ਤੱਕ ਕੀ ਸੂਚਨਾ ਮਿਲ ਰਹੀ ਹੈ, ਕਿਸ ਤਰ੍ਹਾਂ ਦਾ ਮੰਜ਼ਰ ਹੈ ਉੱਥੇ? ਨਹੀਂ, ਮੈਨੂੰ ਤੇ ਬਹੁਤ ਵੱਡਾ ਇਹ ਦੁੱਖ ਦੀ ਘੜੀ ਹੈ ਜੀ ਕਿ ਜਿਹੜੇ ਨਿਰਦੋਸ਼ ਲੋਕ ਜਿਹੜੇ ਨੇ ਉਹਨਾਂ ਦੇ ਨਾਲ ਇਹ ਘਟਨਾ ਦੁਰਘਟਨਾ ਵਾਪਰੀ ਹੈ। ਇਹ ਤੇ ਬਹੁਤ ਵੱਡਾ ਇਸ ਵੇਲੇ ਸ਼ੋਕ ਦਾ ਵਿਸ਼ੇ ਹੈ ਸਾਡੇ ਸਭ ਦੇ ਲਈ ਜੀ। ਦੈਨਿਕ ਸਵੇਰਾ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ।